हां भगवाने तेरिया शकीनियां नी मुक्कियां बुड्ढे बारे कॉफी दा ते मैं कहता पर टाइम होया भगवाने 3:30। सत श्री अकाल जी, वेलकम टू आवर यूट्यूब चैनल जिहदा नाम है अमन जस ब्लॉग। ते सानूं 30 साल हो गए ब्लॉग बनाउंदिआं नूं, तुहानूं इदां ही जोड़ी हसाउंदी रहूगी। हुण तां बुड्ढी हो गई जोड़ी, पता नहीं किन्ने क दिन रह गए। कोई नी दवाई दिनी, बीपी दी गोली खाती सी काली भगवाने। हां कोई ना होर भी दिनी आ, 5-7 तक गोलियां लग गईयां, मेनू दवाइयां दे जांदियां। तू आप भगवाने ठीक नहीं हैगी। हाय कोई ना, ए जोड़ी नु लाइक शेयर कमेंट ते चैनल नु सब्सक्राइब जरूर कर दियो। ए जो ए बुड्ढी जोड़ी दी तुहानू दुआ लगूगी। हां जे 30 सालां तो एदी पसंद आ रहे है, होर जिन्ने 4 दिन रह गए होर कर लियो पसंद। चल मैं तेनू दवाई देवा। भगवाने इत्थे की करी जानी आ? हाय दवाइयां कढ के दवा थानू। मेनू कादी दवाई देनी भगवाने? दवाई ता तेनू देनी आ। डॉक्टर ने दित्ती सी, कहंदा वी ओ प्रोटीन दे रहा करो, नहीं ता औखा बाला हो जाऊ। हाय हाय मेरी भी ज्यादा काम नहीं करदी, दवाई ता मैं खानी ही। हाय हाय सानू भी कुछ पता नहीं लगदा, पर मैं आज भी याद रखनी है। भगवाने ताही ता तेना ब्याह कराया ही, तू ते मेन फिकर ही बड़ी कर। वे तू ब्याह ही ना कराया सी मेरे नाल, तू आज भी अपनी करानी है सेवा मेरे को। तू आज भी मेरे नाल लड़दी है भगवाने, बुड्ढे बारे भी नहीं टालदा वे तू। ऐदा ना कह भगवाने, जिंदगी दे 40 साल कट दिते कठे ने, फिर भी आ हाल है। 30 साल हो गए है, किन्ने साल हो गए बुड्ढे होया नु 30 होया। हाय हाय आलो पानी अगे विचार तोड़ ते हाथ कंबदे रहंदे ने थाडे। तेनू मेरे नाल गिलास प्यारे हो गए? ना ना फिर भी चकने ता मेनू ही पैणे, गोडे कम नहीं करदे मेरे तो, चक्के नहीं जांदे थल्ले बैठ के। सारी जिंदगी तेरी ही सेवा कीती भगवान ने। ना मेरी केड़ी सेवा करती आ, तेरी करदा भगवान ने। आज भी सुनान तो बाज नहीं आंदे तुसी। ਵੇਖ ਲੋ ਇੰਨਾ ਟਾਈਮ ਨਿਕਲ ਗਿਆ ਇਕੱਠਿਆਂ ਨੂੰ। ਮੈਂ ਤੁਹਾਨੂੰ ਵੀ ਇਹੀ ਕਹਿਣਾ, ਖੁਸ਼ ਰਿਹਾ ਕਰੋ ਜ਼ਿੰਦਗੀ, ਕੁਛ ਨਹੀਂ ਅੱਗੇ ਜਾਣਾ, ਬਜ਼ੁਰਗਾਂ ਦੀਆਂ ਸੀਸਾਂ ਹੀ ਲੈ ਜਾਓ, ਕੁਛ ਨਹੀਂ ਜਾਣਾ ਨਾਲ। ਆ ਵੇਖ ਲਓ ਅਸੀਂ ਉੱਥੇ ਹੀ ਅੱਜ ਵੀ ਜਿੱਥੇ ਪਹਿਲਾਂ ਸੀ। ਦੇਖੋ ਅਸੀਂ ਖੁਸ਼ ਰਹਿੰਦੇ ਸੀ ਨਾ, ਵਾਲ ਚਿੱਟੇ ਜ਼ਰੂਰ ਹੋਏ ਆ ਪਰ ਇੰਨੇ ਵੀ ਨਹੀਂ ਹੋਏ। ਖੁਸ਼ ਰਹਿਣ ਦਾ ਨਤੀਜਾ ਧਿਆਨ ਨਾਲ ਧਿਆਨ ਅੱਗੇ ਪੌੜੀਆਂ ਚ ਜਾਂਦੇ ਜਾਂਦੇ ਡਿੱਗ ਗਏ ਸੀ ਇੱਕ ਵਾਰੀ, ਚੂਲਾ ਵੀ ਨਵਾਂ ਪਵਾਇਆ ਏ। ਹਾਏ ਕੀ ਕਰਾਂ ਹੋਰ, ਮੈਂ ਤੇ ਤੁਹਾਨੂੰ ਇਹੀ ਕਹਿਣਾ ਖੁਸ਼ ਰਹਿਆ ਕਰੋ, ਮਾਂ ਬਾਪ ਨੂੰ ਖੁਸ਼ ਰੱਖਿਆ ਕਰੋ। ਅੱਜ ਬੱਚੇ ਆਪੋ ਆਪਣੇ ਕੰਮਾਂ ਤੇ, ਸਾਡੇ ਹੋਰ ਅਸੀਂ ਦੋਵੇਂ ਮੀਆਂ ਬੀਬੀ ਫੇਰ ਇਕੱਠੇ। ਉਹ ਜਦੋਂ ਪਹਿਲਾਂ ਦਾ ਟਾਈਮ ਸੀ ਉਹੀ ਟਾਈਮ ਫੇਰ ਆ ਗਿਆ। ਫੜ ਮੇਰਾ ਹੱਥ ਥੱਕ ਗਿਆ। ਲਿਆਓ ਲਿਆਓ ਦੇ ਫੋਨ, ਫੜਦੇ ਫੜਦੇ ਫੋਨ ਹੀ ਡਿੱਗ ਗਿਆ ਹੱਥੋਂ। ਮੈਂ ਗਾਣਾ ਸੁਣਾਉਂਦਾ ਭਗਵਾਨੇ। ਕਿਹੜਾ ਜੀ? ਮੈਂ ਸੁਣਾਉਂਦਾ ਹੁੰਦਾ ਇਹਨਾਂ ਚ ਜਵਾਨੀਆਂ, ਜਦੋਂ ਵੇ ਜਵਾਨੀਆਂ ਰਾਜੋ ਸਿਵੇ ਕਰ ਲਈਏ। ਹਾਂ ਤੈਨੂੰ ਗਾਣਾ ਸੁਣਾਉਂਦਾ ਜੇ ਜਵਾਨੀਆਂ ਦੇ ਸੁਣਾਉਂਦਾ ਨੇ। ਸੁਣਾਓ ਧਿਆਨ। ਜਦ ਮੈਂ ਬੁੱਢਾ ਹੋ ਜਾਣਾ, ਥੋੜਾ ਜਿਹਾ ਕੁੱਬਾ ਹੋ ਜਾਣਾ, ਪਰ ਪਿਆਰ ਤੇਰੇ ਲਈ ਤਾਂ ਹਰ ਵਕਤ ਜਵਾਨ ਰਹੂ। ਹਾਏ ਵੇ ਅੱਜ ਵੀ ਤੇਰੀ ਆਵਾਜ਼ ਓਵੇਂ ਆ। ਵੇ ਭਗਵਾਨੇ ਮੈਨੂੰ ਜ਼ਿੰਦਗੀ ਚ ਤੇਰੇ ਵਰਗੀ ਵੋਟੀ ਮਿਲੀ ਤਾਂ ਹੀ ਇਦਾਂ ਦਾ ਹੀ ਆ ਮੈਂ। ਆਏ ਹਾਏ ਸ਼ਰਮ ਨਾ, ਪਾਣੀ ਨਾ ਕਰੋ ਮੈਨੂੰ। ਹੁਣ ਤਾਂ ਬੁੱਢੇ ਹੋ ਗਏ, ਹੁਣ ਵੇ ਕਿੱਥੇ ਗਈਆਂ ਉਹ ਗੱਲਾਂ ਜਵਾਨੀਆਂ ਵਾਲੀਆਂ। ਹੋਰ ਉਹ ਚੇਤਾ ਹੈ ਜਦੋਂ ਆਪਾਂ ਐਨਵਰਸਰੀ ਮਨਾਈ ਸੀ ਦੂਜੇ ਸਾਲ? ਉਹ ਦਿਨ ਕਿੱਦਾਂ ਭੁੱਲ ਸਕਦੀ ਆ ਮੈਂ, ਉਹ ਯਾਦ ਛੋਟਾ ਜਿਹਾ ਕੇ
ਬੜਾ ਹੀ ਸਵਾਦ ਸੀ। ਹੁਣ ਤਾਂ ਬਿਮਾਰੀਆਂ ਨੇ ਖਾਣੋ ਪੀਣੋ ਵੀ ਹਟਾ ਦਿੱਤਾ। ਮੈਂ ਤੇ ਪਹਿਲਾਂ ਹੀ ਘੱਟ ਖਾਂਦਾ ਹੈ ਭਾਗਵਾਨੇ, ਪਰ ਚੱਲ ਕੋਈ ਨੀ, ਤੇ ਤੂੰ ਮਿਲੀ ਮੈਨੂੰ ਸ਼ਹਿਦ ਵਰਗੀ, ਸ਼ਹਿਦ ਵਰਗੀ ਮਿਲੀ ਹੈ ਖੰਡ ਵਰਗੀ। ਵੀ ਕੇਕ ਹੀ ਲਿਆ ਦੇ ਅੱਜ, ਯਾਦ ਕਰਾਤੀ ਹੈ ਕੇਕ ਦੀ। ਜਾ ਨੀ, ਲੈ ਦੂੰਗਾ ਤੈਨੂੰ ਕੇਕ, ਇੱਕ ਗੋਲੀ ਵੱਧ ਖਾ ਲੂ। ਨਾ ਗੋਲੀਆਂ ਤੈਨੂੰ ਖਾਣ ਦੇਣਾ। ਅੱਜ ਵੀ ਵੈਸੇ ਉਹ ਜਿਹੀ ਨੇ, ਜਦ ਮੈਂ ਬੁੱਢਾ ਹੋ ਜਾਣਾ, ਥੋੜਾ ਜਿਹਾ ਕੁੱਬਾ ਹੋ ਜਾਣਾ। ਪਰ ਤੂੰ ਤੇ ਅੱਜ ਵੀ ਬਾਂਦਰੀ ਹੈ, ਬਾਂਦਰ ਦੀ ਬਾਂਦਰੀ। ਹਾਂ ਭਾਗਵਾਨੇ, ਤੇਰੀਆਂ ਸ਼ਕੀਂਦੀਆਂ ਨੀ ਮੁੱਕੀਆਂ ਬੁੱਢੇ ਬਾਰੇ। ਉਹ ਤੁਸੀਂ ਪੁਰਾਣਾ ਸਮਾਂ ਯਾਦ ਕਰਾ ਦਿੱਤਾ ਹੈ ਮੈਨੂੰ, ਤੇ ਮੈਂ ਸੋਚਿਆ ਕਿਉਂ ਨਾ ਮੈਂ ਆਪਣੀਆਂ ਯਾਦਾਂ ਹੀ ਤਾਜ਼ੀਆਂ ਕਰ ਲਵਾਂ। ਵੇਖੋ ਅੱਜ ਵੀ ਨੀ ਸ਼ਕੀਨੀ ਮੁੱਕੀ ਭਾਗਵਾਨ, ਨੇਲ ਪੇਂਟ ਲਾਈ ਜਾਂਦੀ ਆ। ਇਹ ਨੀ ਮੁੱਕਦੀ, ਅੱਖਾਂ ਤੋਂ ਭਾਵੇਂ ਦਿਖਣਾ ਹੋਰ ਘੱਟ ਹੋ ਗਿਆ ਆ, ਪਰ ਇਹ ਸ਼ਕੀਨੀ ਜਦੋਂ ਤੱਕ ਮੈਂ ਜੀਨੀ ਆ ਉਦੋਂ ਤੱਕ ਨੀ ਮੁੱਕਦੀ। ਤੂੰ ਮੈਨੂੰ ਜਾਣ ਕੇ ਮੇਰੇ ਸਾਹਮਣੇ ਸੋਹਣੀ ਬਣ ਬਣ ਘੁੰਮਦੀ ਆ। ਅੱਜ ਚੱਲੀਏ ਬਾਹਰ ਕਾਫੀ ਡੇਟ ਤੇ ਚੱਲੀਏ ਦੋਵੇਂ ਜਾਣੇ। ਚੱਲ ਵੇ ਚੱਲ, ਕਾਫੀ ਪੀ ਕੇ ਆਨੇ ਬਾਹਰ ਅੱਜ। ਠੀਕ ਆ ਚਲੋ। ਕਾਫੀ ਦਾ ਤੇ ਮੈਂ ਕਹਿਤਾ, ਪਰ ਟਾਈਮ ਹੋਇਆ ਭਾਗਵਾਨੇ 3:30। ਹਾਂਜੀ ਆਪਾਂ ਸ਼ਾਮ ਨੂੰ ਚੱਲਦੇ ਮੇਰੀ ਬੁੱਗੀ। ਹਾਂ ਸ਼ਾਮ ਨੂੰ ਵੇਖਦੇ ਆ ਜੀ, ਜੇ ਬੀਪੀ ਠੀਕ ਰਿਹਾ ਤਾਂ ਹੀ ਕਾਫੀ। ਹਾਏ ਹਾਏ ਨੀ ਭਾਗਵਾਨੇ, ਤੇਰਾ ਬੀਪੀ ਉੱਤੇ ਥੱਲੇ ਹੋਇਆ ਰਹਿੰਦਾ ਵਾ। ਹੋਰ ਪਤਾ ਚੱਲੇ ਕਾਫੀ ਪੀ ਕੇ ਹੋਰ ਬੀਪੀ ਉੱਪਰ ਚੜਿਆ ਜਾਵੇ। ਉਹ ਸ਼ੁਭ ਸ਼ੁਭ ਬੋਲਿਆ ਕਰ, ਸ਼ੁਭ ਸ਼ੁਭ, ਮੇਰਾ ਤੇਰੇ ਬਿਨਾਂ ਕੌਣ ਹੈ ਭਾਗਵਾਨੇ। ਸਾਰੀ ਜ਼ਿੰਦਗੀ ਆਪਾਂ ਇੱਕ ਦੂਜੇ ਨਾਲ ਹੀ ਕੱਢੀ ਵੇ, ਕਿੰਨੀ ਖੁਸ਼ ਖੁਸ਼ ਕੱਢੀ ਆ। ਹੋਰ ਹੋਰ ਖੁਸ਼ੀਆਂ ਕਰਕੇ ਤਾਂ ਹੁਣ ਜਿੰਦੇ ਬੈਠੇ ਆ ਇਕੱਠੇ। ਅੱਜ ਵੀ ਅਸੀਂ ਅਸੀਂ ਕਹਿੰਦੇ ਹਾਂ ਸਾਰੇ ਹਸਬੈਂਡ ਵਾਈਫ ਇਕੱਠੇ ਰਿਹਾ ਕਰੋ, ਅੱਜ ਵੀ ਬੁੱਢੇ ਬਾਰੇ ਸਾਡਾ ਓਨਾ ਹੀ ਪਿਆਰ ਹੈ ਜਦੋਂ ਅਮਨ ਜੱਸ ਹੁੰਦੇ ਸੀ ਉਹ ਸਮੇਂ ਦੇ। ਹਾਏ ਹਾਏ, ਝੱਸਦੇ ਝੱਸਦੇ ਸਿਰ ਝੱਸਦੇ, ਦੁਖਦਾ ਹੋ ਝੱਸੀ ਦਿੰਦੀ ਹਾਂ, ਝੱਸਦੇ ਵੀ ਵਾਲ ਵੀ ਚਿੱਟੇ ਹੋ ਗਏ ਆ। ਚੱਲ ਕੋਈ ਗੱਲ ਨੀ, ਐ ਕਰ ਵਾਲ ਤੇ ਕਾਲਾ ਰੰਗ ਹੀ ਕਰਦੇ। ਪੁੱਟੇ ਹੋ ਗਏ ਉਹ, ਹਲੇ ਵੀ ਕਾਲੇ ਕਰਨ ਦੀ ਅੱਗ ਲੱਗੀ ਹੈ ਵਾਲਾਂ ਨੂੰ। ਆਏ ਹਾਏ, ਮੈਂ ਕਿਹਾ ਚੱਲ ਵਾਲ ਕਾਲੇ ਕਰਕੇ ਤੈਨੂੰ ਸੋਹਣਾ ਲੱਗੂ ਤੁਰਦਾ ਹੋਇਆ, ਮੈਨੂੰ ਕਿਹੜਾ ਕਿ ਕੁੜੀ ਨੇ ਪਟਾਉਣਾ ਹੁਣ। ਹਾਂ ਤੇ ਉਮਰ ਲੰਘ ਗਈ ਏ, ਹੁਣ ਤਾਂ ਹੁਣ ਵਾਲ ਕਾਲੇ ਕਰਕੇ ਕਿੱਥੇ ਨੂੰ ਜਾਣਾ ਨੇ, ਤੁਸੀਂ ਦੱਸੋ ਆ ਉਮਰੇ ਵਾਲ ਕਾਲੇ ਚੰਗੇ ਲੱਗਦੇ ਆ? ਕਮੈਂਟ ਕਰਕੇ ਦੱਸੋ, ਵਾਲ ਕਾਲੇ ਨਹੀਂ ਕਰ ਸਕਦੇ ਆਪਾਂ? ਹੈ ਨਹੀਂ ਕਰ ਸਕਦੇ? ਐਵੇਂ ਦੱਸ ਭਾਗਵਾਨ ਨੇ, ਤੈਨੂੰ ਲੜਨ ਦਾ ਮੌਕਾ ਚਾਹੀਦਾ ਕੋਈ ਨਾ। ਇਹ ਸੁਣ ਵੇ, ਤੂੰ ਤਾਂ ਚਿੱਟੇ ਵਾਲਾ ਚ ਵੀ ਅੱਜ ਓਨਾ ਹੀ ਸੋਹਣਾ ਲੱਗਦਾ ਜਿੰਨਾ ਪਹਿਲਾਂ ਸੋਹਣਾ ਲੱਗਦਾ। ਪੰਪ ਨਾ ਦੇਨੂੰ ਹੱਟੀ ਭਾਗਵਾਨੇ ਤੂੰ, ਆਪ ਤੇ ਤੂੰ ਲਾਲ ਜੀ ਨੇਲ ਪੇਂਟ ਜੀ ਲਾ ਕੇ ਬੈਠੀ ਆ ਭਾਗਵਾਨੇ। ਇਹ ਤਾਂ ਫਿਰ ਮੈਨੂੰ ਤੁਹਾਨੂੰ ਪਤਾ ਹੀ ਆ ਵੀ ਮੈਨੂੰ ਜਵਾਨੀ ਤੋਂ ਹੀ ਸ਼ੌਂਕ ਹੈ। ਹਾਂ ਤੇ ਮੈਨੂੰ ਵਾਲ ਨਾ ਕਾਲੇ ਕਰਨ ਦੇ, ਆਪ ਤੂੰ ਲਾਲ ਲਾਲ ਲਾਈ ਫਿਰਦੀ ਆ। ਨਾ ਨਾ ਸੁਣੋ ਜੀ, ਮੈਨੂੰ ਡਰ ਪੈ ਚੱਲਿਆ, ਜਿੰਨੇ ਸੋਹਣੇ ਬੁਢਾਪੇ ਚੋ ਨਾ ਤੁਸੀਂ, ਕਿਤੇ ਹੋਰ ਕੋਈ ਬੁੱਢੀ ਨਾ ਪਿੱਛੇ ਪੈ ਜਾਵੇ ਤੁਹਾਡੇ। ਨਾ ਇੱਧਰ ਗੱਲਾਂ ਕਰਿਆ ਕਰ, ਵਾਲ ਨੀ ਕਾਲੇ ਕਰ। ਤੂੰ ਮੈਨੂੰ ਜਾਣ ਕੇ ਪੰਪ ਚਾੜਦੀ ਆ, ਪਤਾ ਹੀ ਨਾ ਤੂੰ ਪੱਟਿਆ ਆ। ਵੇਖਿਆ ਵੇਖਿਆ, ਤੂੰ ਅੱਜ ਵੀ ਬਾਜ ਨੀ ਆਉਂਦੀ। ਬਸ ਓ ਵਾਹਿਗੁਰੂ, ਓ ਵਾਹਿਗੁਰੂ, ਬਸ 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 ਭਗਵਾਨੇ, ਕਾਤੋਂ ਡਰਾਉਂਦੀਆਂ ਇੰਨੀ। ਹਾਏ ਰੱਬਾ, ਨਾ ਡਰਾਇਆ ਕਰ, ਜਾਨ ਹੀ ਨਿਕਲ ਜਾਂਦੀ ਹੈ ਜੀ। ਨਾ ਨਾ ਨਾ, ਇੱਧੜ ਹੀ ਕਿਹੜਾ ਭਗਵਾਨੇ, ਖੁਸ਼ ਰਿਹਾ ਕਰੋ ਜ਼ਿੰਦਗੀ ਚ, ਖੁਸ਼ ਰਿਹਾ ਕਰੋ। ਹੋਰ ਤਾਂ ਨੀ ਬਣਾਉਣੀ ਕੋਈ?
ਵੀ ਹਾਲੇ ਤੂੰ ਰੋਮਾਂਟਿਕ ਰੀਲ ਬਣਾਉਂਦੇ ਨਾ ਨਾ ਮੈਂ ਇਦਾਂ ਹੀ ਠੀਕ ਆ ਮੇਰੇ ਨਹੀਂ ਗੋਡੇ ਚੱਲਦੇ ਮੇਰੇ ਤੋਂ ਨਹੀਂ ਖੜਿਆ ਜਾਂਦਾ ਜਿਆਦਾ ਹੁਣ ਹਾਂ ਨਾ ਹਿੱਲੀ ਤੁਸੀਂ ਜਾਣਦੇ ਹੋ ਹਲੇ ਵੀ ਇੰਸਟਾਗ੍ਰਾਮ ਦਾ ਪੰਗਾ ਨਹੀਂ ਛੱਡਦੇ ਚਲੋ ਅਸੀਂ ਹੁਣ ਕਰ ਲਈਏ ਥੋੜਾ ਆਰਾਮ ਤੇ ਤੁਸੀਂ ਕਰੋ ਵਲੌਗ ਨੂੰ ਇੰਜੋਏ ਹਾਂ ਜੇ ਚੰਗਾ ਲੱਗਿਆ ਜੇ ਚੰਗਾ ਲੱਗਿਆ ਵਲੌਗ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਬੁੜਿਆ ਦੀ ਸੀਸ ਲੱਗੂ ਹਾਂ ਪੁੱਤ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਆ ਸਾਡੇ ਵੱਲੋਂ ਜਿਉਂਦੇ ਵਸਦੇ ਰਹੋ ਜਿਉਂਦੇ ਵਸਦੇ ਰਹੋ ਬਾਕੀ ਖੁਸ਼ੀਆਂ ਜਵਾਨੀਆਂ ਮਨ ਹਾਂ ਕੁਛ ਨਹੀਂ ਰੱਖਿਆ ਫਿਕਰ ਟੈਨਸ਼ਨਾਂ ਚ ਰੱਬ ਨੇ ਤੈਨੂੰ ਬਹੁਤ ਦਿੱਤਾ ਕਿਸੇ ਦੇ ਵੱਲ ਵੇਖ ਕੇ ਨਾ ਜੀਓ ਤੇ ਆਪਣਾ ਇੰਜੋਏ ਕਰੋ ਵੇਖੋ ਬਸ ਦੇਖੋ ਆ ਮਨ ਜੈਸ ਆਲਵੇਸ ਹੈਪੀ ਬੁੜੇ ਵੀ ਹੋ ਗਏ ਤਾਂ ਵੀ ਉਦਾਂ ਦੀ ਉਹ ਬਸ ਬਸ ਭਗਵਾਨ ਨੂੰ ਰੈਸਟ ਕਰਾ ਲਾ ਮੈਂ ਜ਼ਿਆਦਾ ਨਹੀਂ ਬਲੌਗ ਬਣਾਉਂਦੇ ਡਾਕਟਰ ਨੇ ਬੜਾ ਕੀਤਾ ਵਾ ਚਲੋ ਮਿਲਦੇ ਆ ਅਗਲੇ ਰੀਹਰ ਬਾਏ 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 ਟੇਕ ਕੇਅਰ ਚੱਲ ਭਗਵਾਨ ਚੱਲ